ਹੈਲੋ ਜੀ ਸਤਿ ਸ਼੍ਰੀ ਅਕਾਲ ਤੇ ਵੈਲਕਮ ਕੀ ਹਾਲ ਤੁਹਾਡਾ ਸਾਰਿਆਂ ਦਾ ਇਹ ਹੋਪ ਤੇ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਣੇ ਘਰਾਂ ਦੇ ਵਿੱਚ ਠੀਕ ਰਹੋਗੇ ਸੇਫ ਰਹੋਗੇ ਵਧੀਆ ਰਹੋਗੇ ਤੇ ਗਾਇਸ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਜਿਹਦਾ ਨਾਮ ਹੈ ਪ੍ਰੀਤ ਬਾਨੀ ਰਿਐਕਟਸ ਤੇ ਗਾਇਸ ਜੇ ਤੁਸੀਂ ਸਾਡੇ ਚੈਨਲ ਤੇ ਆ ਗਏ ਹੋ ਤੇ ਪਹਿਲਾਂ ਜਾ ਕੇ ਚੈਨਲ ਨੂੰ ਕਰੋ ਸਬਸਕ੍ਰਾਈਬ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਕਿਉਂਕਿ ਉਹਦੇ ਕਰਕੇ ਸਾਡੀ ਵੀਡੀਓਜ਼ ਦੀ ਨੋਟੀਫਿਕੇਸ਼ਨਸ ਆਉਣਗੀਆਂ ਤੇ ਆਪਣਾ ਪਿਆਰ ਜੋ ਹੈ ਸਾਨੂੰ ਏਦਾਂ ਹੀ ਦਿੰਦੇ ਰਹੋ ਬਾਕੀ ਅੱਜ ਲੈ ਕੇ ਹਾਜ਼ਰ ਹੋਇਆ ਇੱਕ ਹੋਰ ਵਧੀਆ ਜੀ ਵੀਡੀਓ ਉਸ ਤੋਂ ਪਹਿਲਾਂ ਮੈਂ ਦੱਸ ਦਵਾਂ ਕਿ ਮੈਂ ਇੰਡੀਆ ਤੋਂ ਟੈਟੂ ਬਣਾ ਕੇ ਆਈ ਤੇ ਜਿਨ੍ਹਾਂ ਜਿਨ੍ਹਾਂ ਨੂੰ ਬਾਣੀ ਪੜ੍ਹਨੀ ਆਉਂਦੀ ਹੈ ਜਿਹਨੂੰ ਕੋਈ ਬਾਣੀ ਪੜ੍ਹਨੀ ਆਉਂਦੀ ਹੈ ਪੜ੍ਹ ਕੇ ਦੱਸੋ ਕੀ ਲਿਖਿਆ ਹੈ ਬੋਲ ਦਿੱਤਾ ਤੁਸੀਂ ਜਿਹਨੂੰ ਜਿਹਨੂੰ ਗੁਰਬਾਣੀ ਪੜ੍ਹਨੀ ਆਉਂਦੀ ਹੈ ਗੁਰਬਾਣੀ ਲੈਂਗੁਏਜ ਹੁੰਦੀ ਹੈ ਤੇ ਇਹ ਪਤਾ ਨਹੀਂ ਦਿਸ ਰਿਹਾ ਹੋਏਗਾ ਕਿ ਨਹੀਂ ਪਰ ਮੈਂ ਸਿੰਬੇ ਦਾ ਪੰਜਾ ਬਣਾ ਕੇ ਉਹਦਾ ਨਾਮ ਲਿਖਿਆ ਹੈ ਇਹ ਉਹਦਾ ਬਰਥਡੇ ਗਿਫਟ ਸੀ ਕਿਉਂਕਿ 8 ਜੂਨ ਨੂੰ ਜੋ ਹੈ ਸਾਡੇ ਸਿੰਬਾ ਦਾ ਪਹਿਲਾ ਜਨਮ ਦਿਨ ਸੀ ਸਿੰਬਾ ਸਾਡਾ ਸਾਲ ਦਾ ਹੋ ਗਿਆ ਤੇ ਉਹਦੀ ਵੀਡੀਓ ਵੀ ਤੁਹਾਨੂੰ ਸ਼ੇਅਰ ਕਰਾਂਗੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਡਾ ਪੁੱਤ 1 ਸਾਲ ਦਾ ਹੋ ਗਿਆ ਤੇ ਬਾਕੀ ਗਾਇਸ ਅੱਜ ਦੀ ਵੀਡੀਓ ਦਾ ਟਾਈਟਲ ਇਹੀ ਦੱਸਣਗੇ ਦੱਸੋ ਜੀ ਗਾਇਸ ਅੱਜ ਦੀ ਵੀਡੀਓ ਹੈ ਹਸਪੈਂਗਲ ਤੋਂ ਤੇ ਇਹ ਚ ਬਣ ਕੇ ਆਏ ਨੇ ਜੀ ਸਾਹਿਬ ਦਾ ਟਰੰਪ ਪੀਟੀ ਅਮਰੀਕਾ ਕੀ ਪੀਟੀਆਈ ਤੇ ਵੀਡੀਓ ਦੇਖਦੇ ਐਂਡ ਤੱਕ ਬਣ ਜਾਣਾ ਮਜ਼ਾ ਬਹੁਤ ਆਏਗਾ ਤੇ ਸ਼ੁਰੂ ਕਰਦੇ ਹਾਂ ਮਿਲਦੇ ਹਾਂ ਵੀਡੀਓ ਦੇ ਐਂਡ ਵਿੱਚ ਪੁੱਤ ਮੈਂ ਸਟੂਲ ਤੇ ਹੋਵਾਂ ਭਾਵੇਂ ਕੁਰਸੀ ਤੇ ਹੋਵਾਂ ਲੋਕਾਂ ਮੈਨੂੰ ਯਾਦ ਕਰਨਾ ਹੀ ਕਰਨਾ ਆ ਬੜਾ ਮੀਡੀਆ ਵਾਲੇ ਤੋਂ ਚੱਕੀ ਹੀ ਗੱਲ ਬਈ ਟਰੰਪੂ ਬੜਾ ਬਦਤਮੀਜ਼ ਆ ਬਾਬਾ ਬੜਾ ਹੁਣ ਡੀਸੈਂਟ ਆ ਗਿਆ ਹੁਣ ਬਾਬੇ ਗਾਲ ਕੱਢ ਦਿੱਤੀ ਮੀਡੀਆ ਵਾਲਿਆਂ ਨੂੰ ਹੁਣ ਚੰਗੇ ਰਹੇ ਹੋ Fox News ਕੇ ਰਿਪੋਰਟਰ ਕੋ ਮਸੂਫ ਨੇ ਗਾਲੀ ਦੇ ਦਿੱਤੀ ਹੈ ਕੀ ਹੋ ਗਿਆ ਆਪਕੋ ਸਰ ਸਰ ਜੀ ਲਾਹੌਰ ਠੰਡੀ ਇੰਨੀ ਪੈਣ ਰਹੀ ਹੈ ਮੂੰਹ ਨਿਕਲ ਗਿਆ ਉਹ ਠੰਡ ਲਾਹੌਰ ਪੈਣ ਰਹੀ ਹੈ ਗਾਲ ਤੇਰੇ ਮੂੰਹ ਵਾਸ਼ਿੰਗਟਨ ਚ ਨਿਕਲਣ ਰਹੀ ਹੈ ਏੜੀਆਂ ਤੈਨੂੰ ਟੀਸਾਂ ਚੜਨ ਰਹੀਆਂ ਠੰਡ ਦੀਆਂ ਉਹ ਭਾਈ ਸ਼ਾਇਰ ਕਹਿੰਦਾ ਹੈ ਲਾਹੌਰ ਸ਼ਹਿਰ ਤੋਂ ਜੰਜ ਟੁਰੀ ਤੇ ਟੋਲ ਪਸ਼ਾਹੋਂ ਖੜਕੇ ਕਰਾਚੀ ਤੱਕ ਦਿਲ ਧੜਕੇ ਕਰਾਚੀ ਤੱਕ ਦਿਲ ਧੜਕੇ ਇਹ ਤੁਹਾਂ ਬਾਜੇ ਵਾਲੇ ਬਾਲੇ ਆ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਤੁਸੀਂ ਆਂਦੇ ਹੋ ਨਹੀਂ ਬੜੇ ਡੀਸੈਂਟ ਬਾਬੇ ਹੋ ਰਹੀ ਆ ਇਹ ਮੈਂ ਤੇ ਇਹਦਾ ਸਕੂਲ ਦਾ ਰਿਕਾਰਡ ਕਢਾ ਬੈਠਾ ਇਹਦਾ ਤੇ 3-4 ਵਾਰੀ ਸਕੂਲੋਂ ਨਾ ਇਸ ਕੋਲੋਂ ਕੱਟਿਆ ਗਿਆ ਸੀ ਜੀ ਬੱਚਾ ਗਾਲਾਂ ਬੜੀਆਂ ਕੱਢਦਾ ਆ ਫਿਰ ਮੈਟ੍ਰਿਕ ਦੇ ਨਤੀਜੇ ਵਾਲੇ ਦਿਨ ਵੀ ਇਹਨੂੰ ਫੈਂਟੀ ਪਈ ਸਕੂਲੋਂ ਜਦੋਂ ਆਸਤਾਨੀ ਨੇ ਕਿਹਾ ਨਾ ਜੋ ਬਾਈਡਨ ਫੇਲ ਤੇ ਇਹਨੇ ਅੱਗੋਂ ਗਾਲ ਕੱਢਤੀ ਕਿਆ ਹੋ ਗਿਆ ਉਹਨੂੰ ਕਿ ਮੂੰਹ ਤੇ ਗਾਲੀ ਨਿਕਲ ਗਈ ਲੇਕਿਨ 1 ਘੰਟੇ ਕੇ ਬਾਅਦ ਉਨਕੋ ਆਪਣੀ ਗਲਤੀ ਕਾ ਅਹਿਸਾਸ ਹੋ ਗਿਆ ਉਹਨੇ ਫਾਕਸ ਨਿਊਜ਼ ਕੇ ਰਿਪੋਰਟਰ ਕੋ ਫੋਨ ਕੀਆ ਔਰ ਮਾਜ਼ਰਤ ਕੀ ਇਹ ਵੀ ਤਾਂ ਬੜੀ ਬਾਤ ਐਗਜ਼ੈਕਟਲੀ ਐਬਸੋਲੂਟਲੀ ਰਾਈਟ ਅੱਲਾ ਭਲਾ ਕਰੇ ਤੁਹਾਡਾ ਜਨੇਸਾ ਗਾਲੀ ਅਸਲ ਚ ਇਹ 1 ਘੰਟੇ ਬਾਅਦ ਜੀ ਜੀ ਉਸ ਸਾਫੀ ਸੇ ਮਾਫੀ ਮੰਗੀ ਹੈ ਫੋਨ ਕਰਕੇ ਫੌਰ ਬੜੀ ਬਾਤ ਹਾਲਾਂਕਿ ਇਨਕੇ ਫੋਨ ਮੇ ਬੈਲੈਂਸ ਨਹੀਂ ਥਾ ਮੈਨੇ ਦਿਆ $1.5 ਉਹ $1.5 ਮੁਝੇ ਦੇਣਾ ਆਪਨੇ ਉਹ ਦੇ ਦਿਆਂਗਾ $1.5 ਨਹੀਂ ਸਾਹਿਬ ਆਪਣਾ ਸਾਹਿਬ ਮਾਮਾ ਦੀਆਂ ਦੇ ਮਾਮਲਾ ਦੇ ਠੱਪ ਹੋ ਲੈਂਦੇ ਹਾਂ ਠੀਕ ਹੈ ਤੋ ਫੌਰਨ ਮਾਫੀ ਮੰਗੀ ਔਰ ਸਾਰੀ ਦੁਨੀਆ ਨੇ ਸਰਾਹ ਕਿ ਮਾਫੀ ਮੰਗੀ ਔਰ ਇਹ ਸ਼ਖਸ ਟਰੰਪ ਜਿਸਕਾ ਨਾਮ ਹੈ ਇਸਨੇ ਤਾਂ ਸਾਰੀ ਜ਼ਿੰਦਗੀ ਕਿਸੇ ਤੋਂ ਸੌਰੀ ਕੀਆ ਹੀ ਨਹੀਂ ਪੁੱਤ ਅਸੀਂ ਕਦੀ ਕਿਸੇ ਨੂੰ ਗਾਲ ਹੀ ਨਹੀਂ ਕੱਢੀ ਜਦੋਂ ਦਿਲ ਕੀਤਾ ਗਾਲ ਕੱਢਣ ਨੂੰ ਦਿਲ ਚ ਘੋਟ ਲਈ ਆ ਮੇਰਾ ਮਤਲਬ ਆ ਹੁਣ ਇਹ ਗਾਣਾ ਕੱਢੇਗਾ ਲੋਕਾਂ ਨੂੰ ਇਹ ਤੇ ਵੇਖੋ ਜਰਾ ਇਹ ਤੇ ਮਾਈਕ ਇਹਨੂੰ ਪਤਾ ਹੀ ਨਹੀਂ ਬਜ਼ੁਰਗ ਆਦਮੀ ਬੁੱਢਾ ਬੰਦਾ ਇਹਨੂੰ ਕੀ ਪਤਾ ਕਿ ਮਾਈਕ ਪਏ ਆ ਇਹ ਤੇ ਮਾਈਕ ਨੇ ਫੜ ਲਈ ਬਾ ਗਾਲ ਇਹਦੀ ਪੁੱਤ ਜਨੈਦ ਵਰਨਾ ਇਹਨੇ ਤੇ ਮੰਨਣਾ ਹੀ ਨਹੀਂ ਸੀ ਮੈਂ ਗਾਲ ਕੱਢੀ ਆ ਉਹ ਤੇ ਫਿਰ ਜਦੋਂ ਰਿਕਾਰਡਿੰਗ ਵਾਲਿਆਂ ਨੇ ਚਲਾਈ ਨਾ ਦੁਬਾਰਾ ਗਾਲ ਇਹਦੀ ਉਹਨਾਂ ਕਿਹਾ ਬਾਬਾ ਗਾਲ ਕੱਢ ਬੈਠਾ ਕਹਿ ਦੇਖੇ ਰਿਕਾਰਡ ਉਠਾ ਕੇ ਦੇਖੇ ਤਾਂ ਆਪਨੇ ਅਖਬਾਰ ਨਵੀਸੋ ਕੇ ਸਾਥ ਇਨਸੇ ਕਹੀਂ ਜ਼ਿਆਦਾ ਬਦਤਮੀਜ਼ੀ ਔਰ ਬਦਤਮੀਜ਼ੀ ਕਾ ਮੁਜ਼ਾਹਰਾ ਪੁੱਤੇ ਹੁਣ ਇਹ ਹੁਣ ਤੂੰ ਉਹਦੇ ਨਾਲ ਰਲ ਗਈ ਰਿਕਾਰਡ ਤੇ ਮੌਜੂਦ ਹੈ ਗਲਤ ਗੱਲ ਹੈ ਆਪ ਤਾਂ ਬਹੁਤ ਬਦਤਮੀਜ਼ੀ ਕਰ ਰਹੇ ਹੋ ਪਿਛਲੇ ਰਿਕਾਰਡਾਂ ਨੂੰ ਗੋਲੀ ਮਾਰੋ ਨਵੀਂ ਗੱਲ ਡਿਸਕਸ ਕਰੋ ਅੱਜ ਹੋ ਗਈ ਆ ਆ ਤੁਸੀਂ ਹੁਣ ਪਾਕਿਸਤਾਨੀ ਜਿੰਨੇ ਵੀ ਤੁਸੀਂ ਸਾਫੀ ਹੋ ਹੁਣ ਤੁਸੀਂ ਆ ਕਰੰਟ ਇਸ਼ੂਆਂ ਦੇ ਉੱਤੇ ਹੀ ਰਗੜਨ ਦੇ ਹੋ ਤੇ ਹੁਣ ਸਾਡੀ ਵਾਰੀ ਤੁਸੀਂ ਪੁਰਾਣੀਆਂ ਗੱਲਾਂ ਕੱਢ ਲਈਆਂ ਏਦਾਂ ਤੇ ਲੈਣਾ ਕਰੋ ਹੁਣ ਆ ਗਾਲ ਕੱਢੀ ਆ ਬਾਬੇ ਨੇ ਇੱਥੇ ਰਗੜੋ ਰਗੜੇ ਦੇਖੇ ਉਹ ਪਰੇਸ਼ਾਨੀ ਕੇ ਆਲਮ ਮੇ ਹੈ ਕਾਂ ਪੇ ਓਮਿਕਰੋਨ ਵਾਇਰਸ ਨੇ ਤਬਾਹੀ ਫੈਲਾਈ ਹੋਈ ਹੈ ਮਹਿੰਗਾਈ ਆਪਣੇ ਜ਼ੋਰੋਂ ਪੇ ਹੈ ਉਹ ਪਰੇਸ਼ਾਨ ਹੈ ਇਹਨੂੰ ਕਾਦੀ ਪ੍ਰੋਬਲਮ ਹੈ ਇਹਨੂੰ ਕਾਦੀ ਟੈਨਸ਼ਨ ਇਹਦੀ ਕਿਹੜੀ ਦੰਦਾਂ ਦੀ ਬੀੜ ਗਵਾਚ ਗਈ ਹੈ
ਮੇਰਾ ਮਤਲਬ ਇਹ ਇਹਨੂੰ ਤੇ ਖੁਸ਼ ਹੋਣਾ ਚਾਹੀਦਾ ਇੰਨੇ ਕਰੋਨੀਆਂ ਸ਼ਰੋਨੀਆਂ ਚ ਵੀ ਇੰਨੀ ਉਮਰ ਦਾ ਬਾਬਾ ਭੱਜਾ ਫਿਰਦਾ ਟਰੰਪ ਸੇ ਕਹੇ ਕਿ ਬਾਈਡਨ ਕੀ ਏਜ ਕੀ ਬਾਤ ਨਾ ਕਰੇ ਵੋ ਸਦਰ ਹੈ ਕੋਈ ਉਨਕੀ ਮੰਗਣੀ ਨਹੀਂ ਹੋ ਰਹੀ ਉਨਕੀ ਏਜ ਦੇਖੇ ਕਿਆ ਏਜ ਵੇਖਣੀ ਪੈਂਦੀ ਹੈ ਏਡਾ ਬੁੱਢਾ ਬੰਦਾ ਬਹਾਤਾ ਪਤਾ ਨੀ ਉਹਨੂੰ ਮੈਂ ਗਾਲ ਕੱਢਣ ਡਿਆ ਕਿ ਗੱਲ ਕਰਨ ਡਿਆ ਸਦਰ ਕਿੱਦਾਂ ਵੀ ਸਿਆਣਾ ਹੋਵੇ ਨਾ ਉਹਨਾਂ ਹੀ ਚੰਗਾ ਹੁੰਦਾ ਜਿਹੜੇ ਸਾਹਿਬ ਆਪਨੇ ਉਹ ਮੁਹਾਵਰਾ ਡੈਫੀਨੇਟ ਸੁਣਾ ਹੋਗਾ ਨਿਊ 9 ਡੇਜ ਐਂਡ ਓਲਡ 100 ਡੇਜ ਜੀ ਨਵਾਂ 9 ਦਿਨ ਪੁਰਾਣਾ 100 ਦਿਨ ਸਮਝ ਗਏ ਪੁੱਤ ਜਨੈਦ ਮੈਂ ਤੈਨੂੰ ਦੱਸ ਦਵਾਂ ਇਹਨੇ ਫੇਰ ਕਿਧਰੇ ਬੜੀ ਖਤਰਨਾਕ ਜਗ੍ਹਾ ਤੇ ਗਾਲ ਕੱਢ ਦੇਣੀ ਆ ਇਹ ਸੱਜੇ ਖੱਬੇ ਜਾਂਦਾ ਰਹਿੰਦਾ ਅਮਰੀਕਾ ਦਾ ਸਿਦਰ ਇਹਨੂੰ ਹੱਲੇ ਵੀ ਢਾ ਦਵੋ ਇਹਦੀ ਜਗ੍ਹਾ ਤੇ ਚਾਚੇ ਟਰੰਪ ਨੂੰ ਬਾਲਵੋ ਚੰਗੇ ਰਹੋਗੇ ਇਹਦੇ ਮੂੰਹੋਂ ਗਾਲ ਨਿਕਲਣੀ ਆ ਤੁਸੀਂ ਇਹਨੂੰ ਮਹੱਲੇ ਦੀਆਂ ਮਾਈਆਂ ਨਾਲ ਲੜਦੇ ਨੀ ਵੇਖੇ ਆ ਇਹਦੇ ਜਾ ਕੇ ਪੁੱਛੋ ਇਹਦੇ ਮਹੱਲੇ ਦੇ ਦਰਜੀ ਕੋਲੋਂ ਉਹਦੇ ਕੋਲ ਪੁੱਛੀਏ ਨਾ ਜਬਾਡਰ ਤੇਰੇ ਕੋਲੋਂ ਕੱਪੜੇ ਸਿਲਾਉਂਦਾ ਉਹ ਕਹਿੰਦਾ ਉਹ ਹੀ ਬਾਬਾ ਜਿਹੜਾ ਗਾਲਾਂ ਬੜੀਆਂ ਕੱਢਦਾ ਪੋਤੇ ਦੀਆਂ ਗਾਲਾਂ ਤੇ ਇੰਨੀਆਂ ਮਸ਼ਹੂਰ ਆ ਇਹਦੀਆਂ ਤੇ ਨੂੰਹਾਂ ਇਹਦੇ ਪੋਤਰਿਆਂ ਨੂੰ ਇਹੋ ਹੀ ਡਰਾ ਕੇ ਸਵਾਉਂਦੀਆਂ ਉਤਰਿਓ ਸੌ ਜਾਓ ਫਿਰ ਦਾਦਾ ਗੱਦੀਆਂ ਗਾਲਾਂ ਕੱਢੇਗਾ ਜੀ ਯੇ ਗਾਲੀਆਂ ਤੋਂ ਨਿਕਾਲਤੇ ਹੈ ਹਮ ਤਨਖਾਹ ਮੰਗੇ ਤੋ ਗਾਲੀਆਂ ਦੇਤੇ ਉਹ ਭਾਈ ਬਜ਼ੁਰਗ ਕਹਿੰਦੇ ਨੇ ਸਦਰ ਦੀਆਂ ਗਾਲਾਂ ਘਿਓ ਦੀਆਂ ਨਾਲਾਂ ਚਲਾਕ ਇਹਦੀਆਂ ਗਾਲਾਂ ਦਾ ਹੀ ਫਿਰ ਹਲਵਾ ਬਣਵਾ ਲਿਆ ਕਰ ਘਰ ਘਿਓ ਦੀਆਂ ਨਾਲਾਂ अच्छा मिस्टर जो बाइडन आप परेशान तो है ना अभी जो ओपिनियन पोल आया है जो अवामी सर्वे आया है उसमें आपकी जो मकबूलियत की रेशो है वो बहुत गिर गई है 56% लोगों ने आपको डिसअप्रूव किया आपको पसंद नहीं किया सिर्फ 43% लोग आपके हक में पोते जेडे 43% ना होली होली इलेक्शन बल जा लेंदे इलेक्शन तो पहले जीरो हो जाने है जीरो वो कहते हैं मैं महंगाई पे काबू पा के दोबारा हीरो बन जाऊंगा महंगाई ने एहो जी कर छड़ी है कि मेनू तो लगता है मैं कई बार अपना अलमारी चो पासपोर्ट काट के देखिया मैं पाकिस्तानी हां या अमरीकी हां इतनी महंगाई हो गई है ਰੱਬ ਜਾਣਦਾ ਮਾੜੇ ਬੰਦੇ ਦਾ ਤੇ ਅਮਰੀਕਾ ਚ ਵੀ ਬੇੜਾ ਗਰਕ ਕਰਤਾ ਇਸ ਬਾਬੇ ਦੀ ਹਕੂਮਤ ਨੇ ਅਮਰੀਕਾ ਚ ਵੀ ਸੋਚ ਸਕਦਾ ਸੀ ਕੋਈ ਅਮਰੀਕਾ ਚ ਵੀ $150 ਦੇ ਕਿਲੋ ਮੋਂਗਰੇ ਵਿਕਣ ਡਏ ਮੋਂਗਰੇ ਬਹੁਤ ਇੱਕ ਐਸੀ ਸਬਜ਼ੀ ਸੀ ਜਿਹੜੀ ਬੀਫ ਚ ਪਾ ਲਈ ਖੁਸ਼ਕਿਸਮਤ ਹੈ ਉਹ ਲੋਕ ਜਿਨਕੋ ਖਾਣੇ ਸੇ ਪਹਿਲੇ ਪਤਾ ਚਲ ਜਾਤਾ ਹੈ ਯੇ ਫਿਸ਼ ਹੈ ਮਟਨ ਹੈ ਯਾ ਬੀਫ ਹੈ ਸਾਰਿਆਂ ਨੂੰ ਪਤਾ ਲੱਗ ਜਾਂਦਾ ਤੂੰ ਖਾ ਖਾ ਮੇਤਾ ਹੀ ਮਾਰ ਲਿਆ ਏਡਾ ਡੰਗਰ ਜੇ ਇਹਨੂੰ ਭਾਵੇਂ ਸਬਜ਼ੀ ਚ ਲੱਕੜੀ ਪਾ ਕੇ ਖਵਾ ਦਿਓ ਖਾ ਜਾਂਦਾ ਲੱਕੜ ਚੱਪਦਾ ਵੀ ਕਹਿਣ ਡਿਆ ਹੁੰਦਾ ਹੱਡੀ ਬੜੀ ਸਵਾਦੀ ਜ਼ਿਆਦਾ ਤੋਂ ਜ਼ਿਆਦਾ ਕਭੀ ਕਭਾਰ ਇਤਰਾਜ਼ ਕਰਤਾ ਹੈ ਕਿ ਗਲੀ ਠੀਕ ਨਹੀਂ ਆ ਰਹੀ ਇੱਕ ਵਾਰੀ ਸਾਲਣ ਵਾਲੇ ਡੋਂਗੇ ਚ ਮੇਰੇ ਕੁੱਕ ਦਾ ਪੈਨ ਡਿੱਗ ਪਿਆ ਇਹ ਮੋਟਾ ਮੇਰੇ ਨਾਲ ਵੀ ਗਾਰਡ ਸੀ ਨਾਮ ਰਾਤ ਪੈਨ ਫੜ ਕੇ ਉਹਦੇ ਚੋਂ ਮਿੱਖ ਕੱਢਦਾ ਰਿਹਾ ਉਹ ਕੁੱਕ ਨੇ ਆ ਕੇ ਦੱਸਿਆ ਬਾਊ ਜੀ ਮੇਰਾ ਪੈਨ ਡਿੱਗ ਪਿਆ ਉਹ ਰੱਖਾ ਦਿਓ ਇਹ ਹੱਡੀ ਨਹੀਂ ਔਰ ਉਹ ਜੋ ਪੈਨ ਮੇ ਸੇ ਸਿਆਹੀ ਗਿਰੀ ਸੀ ਨਾ ਉਸਕੋ ਬਾਅਦ ਮੇ ਮਿੱਖ ਸਮਝ ਕੇ ਚਾਟਤਾ ਰਹਾ ਉਹ ਤਾਂ ਮੈਂ ਹੱਲੇ ਵੀ ਕਹਿੰਦਾ ਅਮਰੀਕਾ ਦੇ ਬੰਦਿਆਂ ਨੂੰ ਵੀ ਕਹੋ ਤੇ ਆਪਣੇ ਮੀਡੀਆ ਚ ਵੀ ਰੌਲਾ ਪਾਓ ਬਾਬਾ ਲਾ ਦਿਓ ਬਾਬਾ ਉਧਾਰੇ ਕਾ ਇਤਿਹਾਸ ਆਪਕੇ ਪਾਸ ਹੈ ਨਾ ਮੇਰੇ ਪਾਸ ਹੈ ਅਮਰੀਕੀ ਆਵਾਮ ਕੇ ਪਾਸ ਹੈ ਉਹ ਅਮਰੀਕੀ ਆਵਾਮ ਨੂੰ ਤੁਸੀਂ ਜਿਹੜਾ ਗੱਲ ਨੂੰ ਚੱਕੋਗੇ ਤੇ ਫਿਰ ਪਤਾ ਲੱਗੇਗਾ ਨਾ ਗੱਲ ਚੱਕਣੀ ਤੇ ਹੁਣ ਮੀਡੀਆ ਦਾ ਹੀ ਕੰਮ ਹੁੰਦਾ ਨਾ ਟਰੰਪੂ ਕੱਲਾ ਕਿੰਨਾ ਕੋਲ ਟੱਕਰਾਂ ਮਾਰਦਾ ਫਿਰੇ ਇਹ ਤੁਸੀਂ ਸਾਫੀ ਹੋ ਤੁਸੀਂ ਅਗਰ ਫੜ ਲਓ ਨਾ ਡਾਂਗਾਂ ਤੇ ਬਾਬਾ ਇੰਜ ਚ ਲੈ ਜਾਵੇ ਲੈ ਡਾਂਗਾਂ ਫੜ ਲਓ ਬਾਬਾ ਲਾਣਾ ਜਾਲਾ ਲਾਣਾ ਇਹ ਜਾਲਾ ਹੀ ਲੱਗ ਗਿਆ ਅਮਰੀਕਾ ਨੂੰ ਇਹ ਪਹਿਲੇ ਉੱਲੀ ਲੱਗੀ ਸੀ ਹੁਣ ਜਾਲਾ ਲੱਗ ਗਿਆ ਜਾਣੇ ਦੇ ਮਿਸਟਰ ਟਰੰਪ ਦੇ ਕੇ ਅਮਰੀਕਾ ਨੇ ਕਿਤਨੇ ਖੁੱਲੇ ਲਫ਼ਜ਼ੋਂ ਮੇ दबंग अंदाज में धमकी लगाई है जो बाइडन ने कि अगर रूस ने यूक्रेन पे हमला किया तो हम पाइपलाइन उड़ा देंगे यस छोटी धमकी है ये बालों वाली धमकी है जो बाल नहीं कहते कि हुण मैं तुहाडा बल्ब वटा मार के तोड़ा ही तोड़ा या कहते हैं कि हुण तू साडे बूहे अगों लंघी मैं तुहाडे बूहे के जिहड़ा छोटा गमला पे आ ओह भन जाणा सीधा कवे मैं रूस डा के रख देना पाइप लाइन डाण दी है ਇਹ ਮੈਂ ਰੱਬ ਜਾਣਦਾ ਹੱਲੇ ਵੀ ਅਮਰੀਕੀ ਆਵਾਮ ਨੂੰ ਸਹੀ ਸਮਝਾਉਣ ਡਿਆ
गरीब जिया बाबा फड़ के सदर बनाता इना भाई हमें कुछ करने दे, हम इक्तदार में है कुछ करने दे, हमें हम अमरीका की तरक्की करना चाहते हैं, हम सोच रहे हैं अमरीका के लिए। अमरीका की पीटी आई हो इनी देर दे हले सोच नहीं रहे फिर इलेक्शन च कह दबोगे एक बारी होर दे दियो सारा ठीक कर दबांगे जेड़ा एक बारी च कख ना कर सकिया उन्हें दूजी बारी की कर लेना ला दबो बाबा हले भी तुहानू कहना ट्रंपू लिया वो तू ही अपोजिशन च रह तलाल चौधरी ना बन रब जानदा मेवियां वाला बंद ते ट्रंपू बड़ी मुश्किल लभदे आ कदी कदी निकलता मेवा बंद चो इतना मर्जी शोर मचा लो नहीं देंगे एनआरओ तुम्हें ओ बह जा एडा तू बामा खां ए दिल च मैं ये किया एडा तू मामे खां समझते हम समझते पुत बैठी जरा इलेक्शन आने दे आने दे ए बाबे ने बैठी उस वेले एमरजेंसी च पिया होना इन्ने को वोट लबड़े आए डू एडे को अच्छा बाबा आप ही बताए ना कि आपका क्या रोल है इनकी हुकूमत में, आप क्यों कह रहे हैं मिल बैठ के सोचेंगे, ये इनका काम है, आप खाम का एमें तू कौन मैं खाम का यानी कि की आंदी सुबह लैन आई ते घर आली बन बैठी ते अपने घर बड़ी सुबह होनी चाहिए है एमें तकीना लिए बाइडन का शेख रशीद बने है बाबा दिल करे मूह भी ना लाना चाहता हो मशवरे दई जाता ਇਹੋ ਜਿਹੇ ਬੰਦੇ ਸਾਰੀ ਜ਼ਿੰਦਗੀ ਸਾਈਕਲ ਚਲਾਉਂਦੇ ਆ ਤੇ ਮਰੀ ਚ ਬਰਫ਼ ਚ ਫਸੀ ਗੱਡੀ ਵੇਖ ਕੇ ਤੇ ਐਵੇਂ ਉਤਰ ਕੇ ਗੱਡੀ ਵਾਲੇ ਨੂੰ ਮਸ਼ਵਰੇ ਦੇਣ ਡਏ ਹੋ बिल्कुल वो पहाड़ी के किनारे पे गाड़ी खड़ी होती है उसको मशवरा दे रहे होते पहले गियर छुपा के रेस दे नहीं ऐसे नहीं हमारी दोस्ती हिमालिया से ऊंची है सारी जिंदगी साइकिल आ ते गड्डी वाले नु कहन दिया पैडल पीछे नु मार पैडल पीछे ਉਹਨੇ ਅੱਗੋਂ ਫਿਰ ਗੱਡੀਆਂ ਗਾਣਾ ਉਹ ਕਹਿੰਦਾ ਗੱਡੀ ਨੂੰ ਕਿਹੜੇ ਪੈਡਲ ਲੱਗੇ ਆ ਫੇਰ ਮੁੜਿਆ ਅੱਛਾ ਇਹਨੂੰ ਨਹੀਂ ਲੱਗੇ ਹੁੰਦੇ ਪੈਡਲ ਉਹ ਭੱਜਦੇ ਖੋਤੇ ਨੂੰ ਸੋਟੇ ਮਾਰਨ ਵਾਲਿਆ ਸਦਾਰਤ ਕੀਤੀ ਹੈ ਅਮਰੀਕਾ ਦੀ ਸਦਾਰਤ ਕੀ ਹੈ ਹਾਂ 8 ਸਾਲ ਕੀ ਹੈ ਸਦਾਰਤ ਓਬਾਮਾ ਨੇ ਬੜੀ ਬਾਤ ਹੈ ਜੀ ਦੇਖੇ ਉਹ ਹੱਕ ਰੱਖਦੇ ਆ ਮੁਦਾਖਲਤ ਕਾ 8 ਸਾਲ ਅਮਰੀਕਾ ਕੇ ਸਦਰ ਰਹੇ ਇਹ ਤੇ ਦੀ ਬੇਵਕੂਫੀ ਆ ਇਹੋ ਹੀ 8 ਸਾਲ ਇਹਨੇ ਪਿੰਡ ਚ ਤੰਦੂਰ ਲਾਇਆ ਹੁੰਦਾ ਇਹਦੇ ਕੋਲ ਵੀ ਨਿੱਕੀ ਮੋਟੀ ਮੋਟਰਸਾਈਕਲ ਹੁੰਦੀ ਹੁਣ ਹਰ ਦੂਜੇ ਦਿਨ ਵੀਡੀਓ ਰਿਲੀਜ਼ ਹੋਈ ਹੁੰਦੀ ਆ ਕਿਸੇ ਲੈਣ ਚ ਖਲੋਤਾ ਧੱਕੇ ਖਾਉਂਦੇ ਆ ਪਰ ਮਤਕਾ ਉਹਦੇ ਨਾਲ ਲਾਇਆ ਜਿੱਦੇ ਆਪਣੇ ਕਸੀਨੋ ਉੱਤ ਜਨੈਦ ਜਿੱਦੇ ਆਪਣੇ ਕਲੱਬ ਜਿੱਦੇ ਆਪਣੇ ਪਲਾਜੇ ਜਿੰਨੀਆਂ ਮਰਜ਼ੀ ਬਿਲਡਿੰਗਾਂ ਬਣਾ ਲਾ ਬੰਬ ਅੱਗੇ ਤੇ ਕੁਛ ਨਹੀਂ ਦੇਖੋ ਖਾਨ ਸਾਹਿਬ ਬਾਣੀਆਂ ਬੰਦ ਬਾਬਾ ਦੇਣ ਲੱਗ ਪਿਆ सौखी गल रोज तुम नवी गल कर सुहेल अहमद साहब ने ना यार वो क्या रोज ही कुछ नवा करके दिखा देते हो ना ਤੁਸੀਂ ਇਹ ਨਹੀਂ ਸੋਚ ਸਕਦੇ ਕਿ ਬਈ ਤੁਸੀਂ ਵੀਡੀਓ ਵਿੱਚ ਉਹਨਾਂ ਦੇ ਸਾਰੇ ਕਰੈਕਟਰ ਦੇਖ ਚੁੱਕੇ ਹੋ ਅੱਛਾ ਉਹਨਾਂ ਨੇ ਟਰੰਪ ਨੂੰ ਹੀ ਦੁਬਾਰਾ ਕੀਤਾ ਪਹਿਲਾਂ ਤੁਹਾਨੂੰ ਦੇਖ ਚੁੱਕਿਆ ਪਹਿਲਾਂ ਦਾ ਬਟ ਇਹ ਇੱਕ ਵੱਖਰੇ ਤਰੀਕੇ ਦਾ ਟਰੰਪ ਸੀਗਾ ਜਿਹਦੇ ਵਿੱਚ ਰੁਸ ਕੇ ਬੈਠ ਗਏ ਸੀਗੇ ਉਹ ਜਿਹੜੀ ਆਖਰੀ ਦੇ ਵਿੱਚ ਗੱਲਾਂ ਕੀਤੀ ਹੋਏ ਹੋਏ ਨਾ ਉਹ ਇੱਕ ਯਾਰ ਵੀਡੀਓ ਮੈਂ ਕਿਹਾ ਇੱਦਾਂ ਤਾਂ ਨਹੀਂ ਐਂਡ ਹੋ ਸਕਦੀ ਜਿਹੜੀ ਉਹਨਾਂ ਨੇ ਆਖਰੀ ਦੇ ਵਿੱਚ ਜਿਹੜੇ ਛੱਕੇ ਮਾਰੇ ਨਾ ਉਹਨਾਂ ਨੂੰ ਬੈਕ ਟੂ ਬੈਕ ਕਮਾਲ ਯਾਰ ਬਹੁਤ ਸ਼ਾਨਦਾਰ ਵੀਡੀਓ ਹੱਸਦੇ ਹਾਲ ਸਾਨੂੰ ਹਮੇਸ਼ਾ ਇੰਨੀ ਕੁ ਕਹਿਣ ਲੱਗਦੀ ਸਾਨੂੰ ਨਾ ਜ਼ਿਆਦਾ ਉੱਚਾ ਹੱਸਣ ਦੀ ਲੋੜ ਵੀ ਨਹੀਂ ਪੈਂਦੀ ਉਹ ਬੀਬੀ ਬਹੁਤ ਹੱਸਦੀ ਹੈ ਬੀਬੀ ਸਾਡਾ ਅੱਧਾ ਕੰਮ ਕਰ ਦਿੰਦੀ ਯਾਰ ਤੇ ਬਾਕੀ ਯਾਰ ਮੈਂ ਕੀ ਦੱਸਾਂ ਯਾਰ ਵੀਡੀਓ ਬਾਰੇ ਵੀਡੀਓ ਬਹੁਤ ਸੋਹਣੀ ਸੀ ਅਸੀਂ ਸਿਆਸਤ ਦੀ ਗੱਲ ਤਾਂ ਖੈਰ ਨਹੀਂ ਕਰਾਂਗੇ ਵੈਸੇ ਉੱਥੇ ਪਤਾ ਹੀ ਹੈ ਕਿ ਉੱਥੇ ਬਾਈਡਨ ਦਾ ਕੰਟਰੋਲ ਘੱਟਦਾ ਜਾ ਰਿਹਾ ਹੈ ਨਾ ਉੱਥੇ ਲੋਕੀ ਲਾਈਕ ਨਹੀਂ ਕਰ ਰਹੇ ਜਿਹੜਾ ਰਸ਼ੀਆ ਤੇ ਜਿਹੜਾ ਯੂਕਰੇਨ ਦੀ ਵਾਰ ਚੱਲ ਰਹੀ ਹੈ ਉਹਦੇ ਵਿੱਚ ਉਹਦਾ ਕੋਈ ਖਾਸ ਕੰਟਰੋਲ ਰਿਹਾ ਨਹੀਂ ਇੰਨਾ US ਤੋਂ ਕੋਈ ਇੰਨੀ ਪਾਵਰ ਰਹੀ ਨਹੀਂ ਉਹਦੇ ਵਿੱਚ ਤੇ ਅਗਲੇ ਇਲੈਕਸ਼ਨ ਫਿਰ ਟਰੰਪ ਸਾਹਿਬ ਆਉਂਦੇ ਲੱਗ ਰਹੇ ਨੇ ਜੋ ਕਿ ਬਿਲਕੁਲ ਸਹੀ ਕਿਹਾ ਗਿਆ ਦਿਖ ਰਹੇ ਨੇ ਦੁਬਾਰਾ ਆਉਂਦੇ ਹੋਏ ਬਟ ਗੱਲ ਆਪਸੀ ਤੇ ਵੀਡੀਓ ਦੀ ਕਰਨੀ ਅਸੀਂ ਸਿਆਸਤ ਦੀ ਗੱਲ ਨਹੀਂ ਕਰਾਂਗੇ ਤੇ ਯਾਰ ਕਿੱਦਾਂ ਮਤਲਬ ਉਹ ਬਿਆਰ ਦੇਖਿਆ ਮੰਜੂ ਅੰਜੂਮ ਸਾਹਿਬ ਮੰਜੂਮ ਗਿਆ ਅੰਜੂਮ ਸਾਹਿਬ ਦੇ ਵਿੱਚੋਂ ਦੇਖਿਓ ਗਾਰਡ ਜੇ ਬਣੇ ਹੋਏ ਸੀ ਜਿਹੜੇ ਹੱਸੀ ਜਾਂਦੇ ਸੀ ਯਾਰ ਨਹੀਂ ਬਈ ਕੰਟਰੋਲ ਕਰਨਾ ਬਹੁਤ ਔਖਾ ਹੈ ਤੁਹਾਡੇ ਸਾਹਮਣੇ ਇੱਦਾਂ ਦੀ ਗੱਲਾਂ ਹੋ ਰਹੀਆਂ ਹੋਵੇ ਭਾਵੇਂ ਤੁਹਾਡੇ ਮੂੰਹ ਤੇ ਕੈਮਰਾ ਤੁਸੀਂ ਨਹੀਂ ਕੰਟਰੋਲ ਕਰ ਸਕਦੇ ਯਾਰ ਤੁਸੀਂ ਇੱਦਾਂ ਦੀ ਗੱਲਾਂ ਦੇ ਵਿੱਚ ਤੇ ਬੋਲੋ ਕੁਛ ਫਿਰ ਕਹਿੰਦੇ ਬੋਲਣ ਨਹੀਂ ਦਿੰਦਾ ਮੈਂ ਨਹੀਂ ਮੈਂ ਸਿਰਫ ਇੰਨਾ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਜਿੰਨੀ ਵਾਰ ਵੀ ਵੀਡੀਓਜ਼ ਦੇਖਦੇ ਹਾਂ ਅਸੀਂ ਬਹੁਤ ਜ਼ਿਆਦਾ ਇੰਜੋਏ ਕਰਦੇ ਹਾਂ ਤੇ ਅੱਜ ਮਤਲਬ
ਅਸੀਂ ਇੰਨੀ ਵੀਡੀਓਜ਼ ਦੇਖੀਆਂ ਪਰ ਵੀਡੀਓ ਦੇਖਣ ਤੋਂ ਬਾਅਦ ਵਾਕਈ ਏਦਾਂ ਲੱਗਦਾ ਕਿ ਸੱਚੀ ਜਿਹੜਾ ਸ਼ੋਅ ਦਾ ਨਾਂ ਰੱਖਿਆ ਹੱਸ ਬਿਹਾਲ, ਹੱਸ ਬਿਹਾਲ ਉਹ ਵਾਕਈ ਮਤਲਬ ਬਹੁਤ ਲੈਜਿਟ ਨਾਂ ਹੈ ਕਿਉਂਕਿ ਸਾਲਾਂ ਤੋਂ ਸ਼ੋਅ ਚੱਲ ਰਹੇ ਹਨ ਨਾ ਤੇ ਉਹਦਾ ਕੋਈ ਰੀਜ਼ਨ ਨਹੀਂ ਹੈ। ਅਸੀਂ ਬਿਹਾਲ ਹੋ ਕੇ ਹੱਸ ਰਹੇ ਸੀਗੇ, ਅਸੀਂ ਇੰਨਾ ਇੰਜੋਏ ਕੀਤਾ, ਬਹੁਤ ਮਜ਼ੇਦਾਰ ਵਧੀਆ ਵੀਡੀਓ ਸੀ, ਐਂਟਰਟੇਨਿੰਗ ਵੀਡੀਓ ਸੀ ਆਈ ਥਿੰਕ। ਤੇ ਜਿਹੜਾ ਚਲੋ ਪੋਲੀਟੀਕਲ ਚੀਜ਼ਾਂ ਨੂੰ ਸਾਈਡ ਤੇ ਰੱਖ ਕੇ, ਹੱਸ ਬਿਹਾਲ ਨਹੀਂ ਹੈ, ਹੱਸ ਬਿਹਾਲ ਬਰਾਬਰ ਜੁਗਤਬਾਜ਼ ਨੇ, ਉਹਨਾਂ ਦੀ ਪੱਕੀ ਜੁਗਤ ਹੁੰਦੀ ਹੈ, ਕੋਈ ਛੋਟੀ ਏਦਾਂ ਜੁਗਤ ਨੀ ਹੁੰਦੀ ਕਿ ਚਲਦੀ ਉਹ ਕੋਈ ਗੱਲ ਕਰ ਦਿੰਦੇ ਨੇ, ਪੱਕੀ ਗੱਲ। ਤੇ ਆਈ ਥਿੰਕ ਜੋ ਕੁਛ ਵੀ ਅਸੀਂ ਵੀਡੀਓ ਦੇ ਵਿੱਚ ਦੇਖਦੇ ਆ ਤੇ ਉਹਨੂੰ ਦਿਮਾਗ ਦੇ ਬੈਕ ਸਾਈਡ ਤੇ ਇਮੇਜਿਨ ਵੀ ਕਰ ਲੈਂਦੇ ਹਾਂ। ਮੈਂ 90% ਆਫ ਦਾ ਟਾਈਮ ਇਮੇਜਿਨ ਕਰ ਰਹੀ ਹੁੰਦੀ ਹਾਂ ਕਿ ਅੱਛਾ ਇਹ ਹੁੰਦਾ ਜੇ ਏਦਾਂ ਦੇ ਕੈਰੇਕਟਰਸ ਹੁੰਦੇ ਤੇ ਸਾਡੀ ਜਿਹੜੀ ਪੋਲੀਟੀਕਲ ਚੀਜ਼ਾਂ ਨੇ ਜਾਂ ਪੋਲੀਟਿਕਸ ਹੈਗੀ ਉਹ ਏਦਾਂ ਹੁੰਦੀ, ਏਦਾਂ ਗੱਲਾਂ ਬਾਤਾਂ ਹੁੰਦੀਆਂ, ਤੇ ਜੇ ਏਦਾਂ ਮਤਲਬ ਏਦਾਂ ਦੀ ਲੈਂਗੁਏਜ ਹੁੰਦੀ ਸੀ ਸਪੈਸ਼ਲੀ ਪੰਜਾਬੀ ਇੰਟਰਵਿਊ ਹੋ ਰਹੇ ਨੇ ਉਹ ਕੋਈ ਕਹਿ ਰਿਹਾ ਮੋਦੀ ਲਾ ਦਿਓ ਬਾਬੇ ਨੂੰ ਬਾਬੇ ਨੂੰ ਲਾ ਦਿਓ। ਬਟ ਵੰਸ ਅਗੇਨ ਗਾਈਜ਼, ਅਸੀਂ ਇਹੀ ਕਹਿਣਾ ਚਾਹਾਂਗੇ ਕਿ ਅਸੀਂ ਜੋ ਵੀ ਇਹ ਵੀਡੀਓਜ਼ ਬਣਾਉਂਦੇ ਹਾਂ ਇਹ ਬਹੁਤ ਲਾਈਟ ਹਾਰਟਡ ਐਂਟਰਟੇਨਮੈਂਟ ਲਈ ਹੈਗੀ ਹੈ। ਅਸੀਂ ਖੁਸ਼ ਰਹਿਣਾ ਚਾਹੁੰਦੇ ਹਾਂ ਤੇ ਲੋਕਾਂ ਨੂੰ ਵੀ ਖੁਸ਼ ਕਰਨਾ ਚਾਹੁੰਦੇ ਹਾਂ, ਤੇ ਉਮੀਦ ਕਰਦੇ ਕਿ ਤੁਸੀਂ ਸਾਰਾ ਜੋ ਹੈ ਦਿਲ ਦਿਮਾਗ ਇਮੋਸ਼ਨਸ ਉਹ ਸਾਰੀ ਚੀਜ਼ਾਂ ਨੂੰ ਸਾਈਡ ਤੇ ਰੱਖ ਕੇ ਇੰਜੋਏ ਕਰਕੇ ਐਂਟਰਟੇਨ ਹੋ ਕੇ ਵੀਡੀਓ ਦੇਖੋ। ਲੋਕੀ ਸਾਨੂੰ ਕਹਿੰਦੇ ਆ ਕਿ ਤੁਸੀਂ ਬਸ ਕਾਮੇਡੀ ਹੀ ਜ਼ਿਆਦਾ ਬਣਾਉਂਦੇ ਹੋ, ਕਿਉਂਕਿ ਸਾਡਾ ਜਿਹੜੀ ਆਡੀਅੰਸ ਹੈ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਜ਼ਿਆਦਾ ਸਾਡੇ ਨਾਲ ਹੱਸਦੇ ਖੇਡਦੇ ਰਹੋ, ਕਿਉਂਕਿ ਦੁਨੀਆਂ ਦੇ ਵਿੱਚ ਦੁੱਖ ਦੇਣ ਨੂੰ ਬਹੁਤ ਦੁਨੀਆਂ ਪਈ ਹੋਈ ਹੈ, ਠੀਕ ਹੈ, ਸਾਨੂੰ ਵੀ ਬੜੇ ਲੋਕੀ ਟੱਕਰਦੇ ਨੇ, ਬਟ ਆਪਸ ਦੇ ਵਿੱਚ ਅਸੀਂ ਸਾਡਾ ਇਤਫਾਕ ਹੋਣਾ ਚਾਹੀਦਾ ਕਿ ਅਸੀਂ ਹੱਸੇ ਦੀ ਹੀ ਖੇਤੀ ਕਰੀਏ ਰਾਧਾ ਦੇਣ ਕੇ। ਹਾਂ, ਕਿਉਂਕਿ ਅਸੀਂ ਦੂਜੇ ਪਾਸੇ ਵੀ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਕੋਈ ਸੀਰੀਅਸ ਵੀ ਚੀਜ਼ਾਂ ਬਣਾਉਂਦੇ ਹਾਂ, ਬਟ ਉਹ ਚੀਜ਼ਾਂ ਕਰਕੇ ਉਹ ਇੰਨਾ ਉਹ ਗੱਲ ਹੁੰਦੀ ਹੈ ਕਿ ਉਹ ਰਿਸਪੋਂਸ ਵੀ ਨਹੀਂ ਹੁੰਦਾ ਤੇ ਨਾਲ ਇੰਨਾ ਹੀ ਸਾਨੂੰ ਇੰਨਾ ਮਜ਼ਾ ਆਉਂਦਾ। ਜੋ ਮਜ਼ਾ ਸਾਨੂੰ ਇਹਦੇ ਨਾਲ ਆਉਂਦਾ ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚਦੀ ਹੈ, ਤੁਹਾਡੀ ਸਾਡੇ ਤੱਕ ਪਹੁੰਚਦੀ ਹੈ, ਤੇ ਸਾਡਾ ਕਾਮੇਡੀ ਕਾਮੇਡੀ ਹੀ ਰਹਿਣ ਦਿਓ। ਬਿਲਕੁਲ ਗਾਈਜ਼, ਤੇ ਇਸੇ ਤਰ੍ਹਾਂ ਕਰਦੇ ਆ ਅੱਜ ਦੀ ਵੀਡੀਓ ਨੂੰ ਖਤਮ, ਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤੇ ਪਲੀਜ਼ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰੋ, ਤੇ ਸਾਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ ਅਗਲੀ ਵੀਡੀਓ ਕਿਹੜੀ ਤੁਸੀਂ ਦੇਖਣਾ ਚਾਹੁੰਦੇ ਹੋ, ਜੇ ਕੋਈ ਸਪੈਸ਼ਲ ਫਰਮਾਇਸ਼ ਹੈ ਤਾਂ ਉਹ ਵੀ ਦੱਸਿਓ, ਤੇ ਬਾਕੀ ਗਾਈਜ਼ ਅਸੀਂ ਕੁਛ ਪਲਾਨ ਕਰਾਂਗੇ ਤੇ ਛੇਤੀ ਛੇਤੀ ਲਾਈਵ ਵੀ ਆਵਾਂਗੇ ਤਾਂ ਕਿ ਤੁਹਾਡੇ ਨਾਲ ਜੋ ਹੈ ਗੱਲਾਂ ਬਾਤਾਂ ਕਰ ਸਕੀਏ, ਤੁਸੀਂ ਸਾਰੇ ਆਓ ਸਾਡੇ ਨਾਲ ਆਪਣੀ ਜੋ ਹੈ, ਜੇ ਤੁਸੀਂ ਕੁਐਸਚਨ ਆਨਸਰ ਟਾਈਪ ਦੀ ਕੋਈ ਵੀਡੀਓ ਜਾਣਨਾ ਚਾਹੁੰਦੇ ਹੋ ਸਾਡੇ ਵੱਲੋਂ ਤਾਂ ਉਹ ਵੀ ਪਲੀਜ਼ ਸਾਨੂੰ ਜ਼ਰੂਰ ਮੈਨਸ਼ਨ ਕਰਿਓ, ਅਸੀਂ ਜ਼ਰੂਰ ਉਹਦੇ 'ਤੇ ਅਮਲ ਕਰਾਂਗੇ। ਬਾਕੀ ਗਾਈਜ਼ ਆਪਣਾ ਧਿਆਨ ਰੱਖੋ, ਖੁਸ਼ ਹੋ, ਸਿਹਤਮੰਦ ਰਹੋ ਜੀ, ਸਾਨੂੰ ਦੋ ਇਜਾਜ਼ਤ, ਤਦ ਤੱਕ ਲਈ ਸਤਿ ਸ਼੍ਰੀ ਅਕਾਲ ਤੇ ਖੁਦਾ ਹਾਫਿਜ਼।